ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰਦੇ ਹਾਂ ਜੀ। ਇਹ ਸੈਸ਼ਨ ਖਤਮ ਹੋ ਗਿਆ ਤੇ ਕਹਿੰਦੇ ਅਗਨੀਪਥ ਸਕੀਮ ਦੇ ਖਿਲਾਫ ਪ੍ਰਸਤਾਵ ਰੱਖਿਆ ਗਿਆ। ਹਾਂ ਬਿਲਕੁਲ ਜੀ, 24 ਜੂਨ ਤੋਂ ਸ਼ੁਰੂ ਹੋਇਆ ਜਿਹੜਾ ਇਹ ਸੈਸ਼ਨ ਹੈ ਤੇ ਇਹ ਕੱਲ ਯਾਨੀ ਕਿ 30 ਤਰੀਕ ਨੂੰ ਖਤਮ ਹੋਇਆ। ਇਹ 6 ਦਿਨ ਦਾ ਸੈਸ਼ਨ ਸੀ ਜਿਹਦੇ ਵਿੱਚ 27 ਤਰੀਕ ਨੂੰ ਬਜਟ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਸ਼ਨੀ ਐਤਵਾਰ ਦੀ ਛੁੱਟੀ ਵੀ ਆਈ ਹੈ, ਜਿਹਦੇ ਵਿੱਚ ਕਈ ਵਾਰ ਲੜਾਈ ਵੀ ਹੋਈ ਹੈ ਸ਼ਬਦਕ ਤੌਰ ਤੇ, ਤੇ ਜਿਹਦੇ ਵਿੱਚ ਕਈ ਵਾਰੀ ਹੱਥ ਡੱਠਾ ਵੀ ਪਿਆ। ਪਰ ਕੱਲ ਜਦੋਂ ਆਖਰੀ ਦਿਨ ਸੀਗਾ ਤਾਂ ਭਗਵੰਤ ਮਾਨ ਹੋਰਾਂ ਦੀ ਵੀ ਬਹਿਸ ਹੋਈ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ, ਤਨਖਾਹ ਥਾਂ ਵਧਾਉਣ ਦੇ ਮਾਮਲੇ ਤੇ ਜਾਂ ਪੈਨਸ਼ਨਾਂ ਦੇ ਮਾਮਲੇ ਦੇ ਉੱਤੇ ਤੇ, ਪਰ ਉੱਦਾਂ ਅਗਨੀਪਥ ਸਕੀਮ ਦੇ ਬਾਬਤ ਤੇ ਉੱਧਰ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਿਲਾਫ਼ ਤੇ ਉੱਧਰ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਮਾਮਲੇ ਦੇ ਉੱਤੇ, ਇਹ 3-4 ਮੁੱਦਿਆਂ ਦੇ ਉੱਤੇ ਕੱਲ੍ਹ ਜਿਹੜਾ ਉਹ ਪ੍ਰਸਤਾਵ ਆ ਜਿਹੜਾ ਉਹ ਪਾਸ ਕੀਤਾ ਗਿਆ। ਕਿਉਂਕਿ ਜਿਸ ਤਰੀਕੇ ਦੇ ਨਾਲ ਅਗਨੀਪਥ ਸਕੀਮ ਦੇ ਖਿਲਾਫ਼ ਲਗਾਤਾਰ ਵਿਰੋਧ ਦਰਜ ਕਰਵਾਇਆ ਜਾ ਰਿਹਾ ਲੋਕਾਂ ਦੇ ਵੱਲੋਂ, ਉਸ ਤਰੀਕੇ ਦੇ ਨਾਲ ਹੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ, ਇਹਨਾਂ ਨੇ ਇਹ ਗੱਲ ਕਹੀ ਸੀ ਕਿ ਬੀਜੇਪੀ ਦੀ ਇਹ ਯੋਜਨਾ ਗਲਤ ਆ, ਇਹ ਸਕੀਮ ਗਲਤ ਆ, ਅਸੀਂ ਇਹਦੀ ਖਿਲਾਫ਼ ਕਰਾਂਗੇ ਤੇ ਕੱਲ੍ਹ ਕੀਤੀ ਹੈ। ਕੱਲ੍ਹ ਜਦੋਂ ਪ੍ਰਸਤਾਵ ਇਹਦੇ ਖਿਲਾਫ਼ ਪਾਸ ਕੀਤਾ ਗਿਆ ਕੇਂਦਰ ਦੀ ਇਸ ਯੋਜਨਾ ਦੇ ਖਿਲਾਫ਼, ਤਾਂ ਅਕਾਲੀ ਦਲ ਨੇ ਤੇ ਕਾਂਗਰਸ ਨੇ ਇਹਦਾ ਸਮਰਥਨ ਵੀ ਕੀਤਾ ਤੇ ਉੱਧਰ ਬੀਜੇਪੀ ਦੇ ਆਗੂ ਆ ਜਿਹੜੇ ਦੋ ਹੀ ਆ ਉੱਥੇ, ਜੰਗੀ ਲਾਲ ਮਹਾਜਨ ਤੇ ਅਸ਼ਵਨੀ ਸ਼ਰਮਾ, ਉਹਨਾਂ ਦੋਹਾਂ ਨੇ ਗੱਲ ਕਹੀ ਹੈ ਜੀ ਕਿ ਇਹ ਗਲਤ ਕੀਤਾ ਜਾ ਰਿਹਾ, ਕੇਂਦਰ ਦੀ ਸਰਕਾਰ ਦੀ ਕਦੇ ਵੀ ਕੋਈ ਮਾੜੀ ਨੀਤ ਨਹੀਂ ਹੋਈ। ਪਰ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਜੇਕਰ ਬੀਜੇਪੀ ਨੂੰ ਇਹ ਲੱਗਦਾ ਕਿ ਭਾਈ ਇਹ ਇੰਨੀ ਵਧੀਆ ਸਕੀਮ ਆ ਤਾਂ ਫਿਰ ਉਹ ਆਪਦੇ ਨਿਆਣੇ ਆ ਜਿਹੜੇ, ਉਹਨਾਂ ਨੂੰ ਕਿਉਂ ਨੀ ਬੀਜੇਪੀ ਦੇ ਆਗੂ ਆਪਣੇ ਨਿਆਣਿਆਂ ਨੂੰ ਅਗਨੀਵੀਰ ਬਣਾ ਦਿੰਦੇ। ਨਾਲੇ ਜੇ ਇੰਨੀ ਵਧੀਆ ਸਕੀਮ ਆ, ਤੁਸੀਂ ਪਹਿਲਾਂ ਇੱਥੇ ਲਾ ਕੇ ਵੇਖੋ ਆਪਦੇ ਨਿਆਣੇ, ਤੇ ਬਾਅਦ ਦੇ ਵਿੱਚ ਆਮ ਲੋਕਾਂ ਦੀ ਵਾਰੀ ਆ ਜਾਣੀ ਚਾਹੀਦੀ ਹੈ। ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਇੱਧਰ ਪੰਜਾਬ ਯੂਨੀਵਰਸਿਟੀ ਦੀ, ਤਾਂ ਮੀਤ ਹੇਅਰ ਜਿਹੜੇ ਕਿ ਸਿੱਖਿਆ ਮੰਤਰੀ ਆ, ਉਹਨਾਂ ਦੇ ਵੱਲੋਂ ਇਹਦੇ ਖਿਲਾਫ਼ ਮਤਾ ਲਿਆਂਦਾ ਗਿਆ ਤੇ ਇਹ ਵੀ ਪਾਸ ਕਰ ਦਿੱਤਾ ਗਿਆ। ਸੋ ਕੱਲ੍ਹ ਦਾ ਜਿਹੜਾ ਸੈਸ਼ਨ ਆ ਉਹ ਹੰਗਾਮੇ ਭਰਪੂਰ ਵੀ ਰਿਹਾ, 3-4 ਮਤੇ ਉਹਦੇ ਵਿੱਚ ਖਿਲਾਫ਼ ਵੱਖ ਵੱਖ ਮਸਲਿਆਂ ਦੇ ਪਾਸ ਵੀ ਕੀਤੇ ਗਏ ਆ, ਤੇ ਇਹ ਸੈਸ਼ਨ ਆ ਜਿਹੜਾ ਉਹ ਆਪਦੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ। ਤੇ ਕੱਲ੍ਹ ਵੀ ਤਲਕ ਕਲਾਮੀ ਕਾਫ਼ੀ ਰਹੀ ਹੈ, ਪਰ ਕੁੱਲ ਮਿਲਾ ਕੇ ਗੱਲ ਕਹਿਣੀ ਬਣਦੀ ਹੈ ਵੀ ਇਸ ਸੈਸ਼ਨ ਦਾ ਸਮਾਂ ਵੱਧ ਹੋਣਾ ਚਾਹੀਦਾ ਸੀ। ਇਹ ਕਾਂਗਰਸੀਆਂ ਨੇ ਗੱਲ ਕਹੀ ਆ, ਰਾਜਾ ਵੜਿੰਗ ਨੇ ਗੱਲ ਕਹੀ ਆ, ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਸੀ ਉਦੋਂ ਇਹੀ ਆਪ ਵਾਲੇ ਕਹਿੰਦੇ ਹੁੰਦੇ ਸੀ ਵੀ ਸੈਸ਼ਨ ਦਾ ਸਮਾਂ ਬਹੁਤ ਥੋੜਾ ਤੇ ਮੁੱਦੇ ਬਹੁਤ ਵੱਡੇ, ਤੇ ਹੁਣ ਅਸੀਂ ਇਹ ਗੱਲ ਕਹਿੰਦੇ ਵੀ ਭਾਈ ਹੁਣ ਵਧਾ ਲਓ ਸੈਸ਼ਨ ਦਾ ਸਮਾਂ, ਪਰ ਹੁਣ ਇਹ ਵਧਾਉਂਦੇ ਨਹੀਂ ਜੀ। ਜੀ ਬਿਲਕੁਲ, ਪਰ ਸਰ ਦੂਸਰੇ ਬੰਨੇ ਕਹਿੰਦੇ ਜੈ ਕਿਸ਼ਨ ਰੋੜੀ ਹੋਰਾਂ ਨੂੰ ਡਿਪਟੀ ਸਪੀਕਰ ਬਣਾ ਦਿੱਤਾ ਗਿਆ ਜੀ। ਹਾਂ ਬਿਲਕੁਲ ਜੀ, ਇਹ ਉਹਨਾਂ ਦੇ ਲਈ ਬੜੀ ਪ੍ਰਾਪਤੀ ਹੈ, ਮਾਣ ਵਾਲੀ ਪ੍ਰਾਪਤੀ ਹੈ। ਇਹ ਜੈ ਕਿਸ਼ਨ ਸਿੰਘ ਰੋੜੀ ਆ ਜਿਹੜੇ ਉਹ ਦੂਜੀ ਵਾਰ ਵਿਧਾਇਕ ਬਣੇ ਆ ਗੜਸ਼ੰਕਰ ਤੋਂ, ਪਹਿਲਾਂ 2017 ਦੇ ਵਿੱਚ ਵੀ ਗੜਸ਼ੰਕਰ ਤੋਂ ਜਿੱਤੇ, 2022 ਦੇ ਵਿੱਚ ਵੀ ਗੜਸ਼ੰਕਰ ਤੋਂ ਜਿੱਤੇ। ਉਹ ਪਹਿਲਾਂ ਰਾਜਨੀਤੀ ਦੇ ਵਿੱਚ ਆਉਣ ਤੋਂ ਫੋਟੋਗ੍ਰਾਫਰ ਸੀ, ਫੋਟੋਗ੍ਰਾਫਰੀ ਦੀ ਦੁਕਾਨ ਕਰਦੇ ਸੀ, ਤੇ ਉਹਨਾਂ ਨੇ 2 ਵਾਰ ਇਹ ਪ੍ਰਾਪਤੀ ਹਾਸਲ ਕੀਤੀ ਹੈ ਵਿਧਾਨ ਸਭਾ ਦਾ ਮੈਂਬਰ ਬਣਨ ਵਾਲੀ, ਤੇ ਕੱਲ ਉਹਨਾਂ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾ ਦਿੱਤਾ ਗਿਆ, ਤੇ ਭਗਵੰਤ ਮਾਨ ਨੇ ਆਪ ਉਹਨਾਂ ਨੂੰ ਜਾ ਕੇ ਕੁਰਸੀ ਦੇ ਉੱਤੇ ਬਿਠਾਇਆ, ਤੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਵੱਲੋਂ ਇਹਦਾ ਐਲਾਨ ਕੀਤਾ ਗਿਆ ਸੀਗਾ ਵੀ ਭਾਈ ਇਹਨਾਂ ਨੂੰ ਡਿਪਟੀ ਸਪੀਕਰ ਬਣਾਇਆ ਜਾਂਦਾ। ਸੋ ਬੜੀ ਪ੍ਰਾਪਤੀ ਉਹਨਾਂ ਦੇ ਲਈ, ਗੜਸ਼ੰਕਰ ਖੇਤਰ ਦੇ ਲਈ ਵੀ ਤੇ ਜੈ ਕਿਸ਼ਨ ਸਿੰਘ ਰੋੜੀ ਦੇ ਲਈ ਵੀ। ਜੀ ਬਿਲਕੁਲ, ਹੁਣ ਗੱਲ ਕਰਦੇ ਹਾਂ ਜੀ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲੇ ਦਾ ਜਿਹੜਾ ਮੈਨੇਜਰ ਸ਼ਗਨਪ੍ਰੀਤ ਕਹਿੰਦੇ ਉਹਨੂੰ ਰਾਹਤ ਨਹੀਂ ਮਿਲੀ। ਹਾਂ ਬਿਲਕੁਲ ਜੀ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਮੈਨੇਜਰ ਆ ਸ਼ਗਨਪ੍ਰੀਤ ਸਿੰਘ, ਉਹਨੂੰ ਰਾਹਤ ਨਹੀਂ ਮਿਲੀ। ਰਾਹਤ ਤੋਂ ਭਾਵ ਇਹ ਜੀ ਕਿ ਉਹਦੇ ਵੱਲੋਂ ਆਪਣੇ ਵਕੀਲ ਦੇ ਰਾਹੀਂ ਹਾਈਕੋਰਟ ਦੇ ਵਿੱਚ ਅਰਜ਼ੀ ਪਵਾਈ ਗਈ ਸੀ, 2 ਪਟੀਸ਼ਨਾਂ ਪਵਾਈਆਂ ਗਈਆਂ ਸੀ। ਇੱਕ ਦੇ ਵਿੱਚ ਕਿਹਾ ਗਿਆ ਸੀਗਾ ਜੀ ਕਿ ਮੈਨੂੰ ਅਗਾਊਂ ਜ਼ਮਾਨਤ ਮਿਲੇ, ਦੂਜੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਦੋਂ ਇੰਡੀਆ ਆਵਾਂ ਉਦੋਂ ਸਿਕਿਉਰਿਟੀ ਮਿਲੇ, ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਤੇ ਉੱਧਰ ਗੋਲਡੀ ਬਰਾੜ ਗੈਂਗ, ਇਹ ਦੋਵੇਂ ਜਾਣੇ ਮੇਰਾ ਨੁਕਸਾਨ ਕਰ ਸਕਦੇ ਆ। ਪਰ ਅਦਾਲਤ ਦੇ ਵੱਲੋਂ ਕੱਲ੍ਹ ਇਹਨਾਂ ਗੱਲਾਂ ਦੇ ਉੱਤੇ ਗੌਰ ਨਹੀਂ ਕੀਤੀ ਗਈ, ਉਹਨਾਂ ਨੇ ਅਦਾਲਤ ਨੇ ਇਹ ਗੱਲ ਕਹੀ ਵੀ ਸਟੇਟਸ ਰਿਪੋਰਟ ਇਸ ਮਾਮਲੇ ਦੀ ਪੇਸ਼ ਕੀਤੀ ਜਾਵੇ ਤੇ ਅਗਾਊਂ ਜ਼ਮਾਨਤ ਵਾਲੀ ਗੱਲ ਰੱਦ ਕਰ ਦਿੱਤੀ ਹੈ। ਇੱਥੇ ਵਕੀਲ ਨੇ ਇਹ ਗੱਲ ਕਹੀ ਸੀ ਕਿ ਜੀ ਪਹਿਲਾਂ ਤਾਂ ਇਹਦੇ ਉੱਤੇ ਪਰਚਾ ਨਹੀਂ ਸੀ ਦਰਜ,
ਪਰ ਪੁਲਿਸ ਦੇ ਵੱਲੋਂ ਬਾਅਦ ਦੇ ਵਿੱਚ ਵਿੱਕੀ ਮਿੱਡੂ ਕਿਹੜਾ ਮਾਮਲੇ ਦੇ ਵਿੱਚ ਨਾਂ ਜਿਹੜਾ ਉਹ ਸ਼ਗਨਪ੍ਰੀਤ ਦਾ ਵੀ ਪਾ ਦਿੱਤਾ ਗਿਆ। ਇਸ ਕਰਕੇ ਅਗਾਊਂ ਜ਼ਮਾਨਤ ਵੀ ਅਸੀਂ ਮੰਗ ਕਰਦੇ ਹਾਂ। ਦੂਜੀ ਗੱਲ ਇਹ ਵੀ ਜੱਜ ਸਾਹਿਬਾਨ ਨੇ ਪੁੱਛਿਆ ਕਿ ਇਹ ਦੱਸੋ ਵੀ ਬੰਦਾ ਹੈ ਕਿੱਥੇ, ਉਹ ਕਹਿੰਦੇ ਆਸਟ੍ਰੇਲੀਆ, ਤੇ ਉਹ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਬੰਦਾ ਬੈਠਾ ਹੋਵੇ ਤੇ ਭਾਰਤ ਦੇ ਵਿੱਚ ਸਿਕਿਉਰਿਟੀ ਦੇ ਮਸਲੇ ਹੁੰਦੇ ਹੋਣ, ਵੀ ਇਹਦੀ ਕੋਈ ਤੁੱਕ ਥੋੜੀ ਬਣਦੀ ਆ। ਪਰ ਸ਼ਗਨਪ੍ਰੀਤ ਆ ਜਿਹੜਾ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਉਹਦੇ ਵੱਲੋਂ ਹਾਲੇ ਤੱਕ ਇੱਕ ਵੀ ਵਾਰ ਆਪਣੀ ਸਫਾਈ ਨੁਮਾ ਗੱਲ ਨਹੀਂ ਪੇਸ਼ ਕੀਤੀ ਗਈ ਕਿ ਮੈਨੂੰ ਸਿੱਧੂ ਮੂਸੇ ਵਾਲੇ ਨੇ ਬਾਹਰ ਭਜਾਇਆ ਕਿ ਨਹੀਂ, ਵਿੱਕੀ ਮਿੱਡੂਖੇੜਾ ਦੇ ਕਤਲ ਦੇ ਮਾਮਲੇ 'ਚ ਮੇਰਾ ਕੋਈ ਕਸੂਰ ਹੈ ਕਿ ਨਹੀਂ, ਮੈਂ ਉਹਦੇ ਸ਼ਾਰਪ ਸ਼ੂਟਰਾਂ ਨੂੰ ਕੋਈ ਸਹਿਯੋਗ ਦਿੱਤਾ ਕਿ ਨਹੀਂ। ਉਹ ਬਿਲਕੁਲ ਚੁੱਪ ਗੁੱਪ ਬੈਠਾ, ਜਿਵੇਂ ਉਹਦੇ ਬਾਰੇ ਕੋਈ ਜਾਣਦਾ ਨਾ ਹੋਵੇ, ਜਿਵੇਂ ਉਹਦਾ ਕਿਤੇ ਨਾਂ ਕੋਈ ਵੱਜਦਾ ਨਾ ਹੋਵੇ। ਉਹਨੂੰ ਸਾਹਮਣੇ ਆ ਕੇ ਇੱਕ ਅੱਧੀ ਵਾਰ ਆਪਣੀ ਸਫਾਈ ਜ਼ਰੂਰ ਪੇਸ਼ ਕਰਨੀ ਚਾਹੀਦੀ ਸੀ ਤਾਂ ਜੋ ਲੋਕਾਂ ਤੱਕ ਉਹਦਾ ਪੱਖ ਵੀ ਪਹੁੰਚੇ, ਤਾਂ ਜੋ ਪੁਲਿਸ ਤੱਕ ਉਹਦਾ ਪੱਖ ਵੀ ਪਹੁੰਚੇ। ਪਰ ਉਹਦੇ ਵੱਲੋਂ ਕਦੇ ਵੀ ਇਹੋ ਜਿਹਾ ਤਰਦ ਨਹੀਂ ਕੀਤਾ ਗਿਆ ਜੀ। ਬਿਲਕੁਲ, ਤੇ ਸਰ ਜੱਗੂ ਭਗਵਾਨਪੁਰੀਆ ਕੱਲ ਉਹਦੇ ਬਾਰੇ ਚ ਖਬਰ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀ ਰਹੀ ਹੈ, ਕਹਿੰਦੇ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਪੁਲਿਸ ਨੇ ਰਿਮਾਂਡ ਤੇ ਲਿਆ। ਹਾਂ ਬਿਲਕੁਲ ਜੀ, ਜੱਗੂ ਭਗਵਾਨਪੁਰੀਆ ਨੂੰ ਪੰਜਾਬ ਦੀ ਪੁਲਿਸ ਨੇ 7 ਦਿਨ ਦੇ ਰਿਮਾਂਡ ਦੇ ਉੱਤੇ ਲਿਆ। ਦਿੱਲੀ ਦੇ ਵਿੱਚੋਂ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਆਉਂਦਾ ਜੀ ਪਹਿਲਾਂ ਪੰਜਾਬ ਮਾਨਸਾ ਤੇ ਮਾਨਸਾ ਦੀ ਅਦਾਲਤ ਚ ਪੇਸ਼ ਕੀਤਾ, ਤੇ ਫਿਰ ਜੱਗੂ ਭਗਵਾਨਪੁਰੀਆ ਜਿਹੜਾ ਤੇ ਉਹਨੂੰ 7 ਦਿਨ ਦੇ ਰਿਮਾਂਡ ਦੇ ਉੱਤੇ ਲੈ ਲਿਆ। ਤੇ ਉਹਨੂੰ ਵੀ ਮੇਰਾ ਖਿਆਲ ਖਰੜ ਦੀ ਪੁਲਿਸ ਲੈ ਕੇ ਆਈ ਆ, ਇੱਥੇ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਆ। ਜੱਗੂ ਭਗਵਾਨਪੁਰੀਆ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ। ਜੱਗੂ ਭਗਵਾਨਪੁਰੀਆ ਦੇ ਉੱਤੇ ਵੀ ਇਹ ਦੋਸ਼ ਲੱਗ ਰਿਹਾ ਕਿ ਜੀ ਉਹਨੇ ਆਪਣੇ 2 ਸ਼ਾਰਪ ਸ਼ੂਟਰ ਦਿੱਤੇ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਦੇ ਲਈ। ਹੁਣ ਇਹ ਪਤਾ ਲੱਗਾ ਵੀ ਪੰਜਾਬ ਦੀ ਪੁਲਿਸ ਨੇ ਉਹਨੂੰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ, ਆਹਮੋ ਸਾਹਮਣੇ ਦੋਹਾਂ ਨੂੰ ਬਿਠਾ ਕੇ ਤੇ ਫਿਰ ਸਵਾਲ ਜਵਾਬ ਕਰਨੇ ਤਾਂ ਜੋ ਵਿਚਲੀ ਗੱਲ ਖੁੱਲ੍ਹ ਕੇ ਸਾਹਮਣੇ ਆਵੇ। ਚਲੋ ਬਾਕੀ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਤਾਂ ਚਲੋ ਪੰਜਾਬ ਦੀ ਪੁਲਿਸ ਦੇ ਪੜਤਾਲ ਦਾ ਵਿਸ਼ਾ ਹੈਗਾ। ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਵੀ ਜੱਗੂ ਭਗਵਾਨਪੁਰੀਆ ਵੀ ਤਿਹਾੜ ਜੇਲ੍ਹ ਦੇ ਵਿੱਚ ਜਿਹਦੇ ਬਾਰੇ ਕਹਿੰਦੇ ਵੀ ਉਹਨੇ 2 ਸ਼ਾਰਪ ਸ਼ੂਟਰ ਦਿੱਤੇ ਹੋ ਸਕਦੇ ਆ ਵੀ ਭਾਈ ਸਿੱਧੂ ਦੇ ਕਤਲ ਦੇ ਲਈ, ਤੇ ਲਾਰੈਂਸ ਬਿਸ਼ਨੋਈ ਵੀ ਤਿਹਾੜ ਜੇਲ੍ਹ ਦੇ ਵਿੱਚ ਜਿਹਦੇ ਬਾਰੇ ਇਹ ਗੱਲ ਕਹੀ ਜਾ ਰਹੀ ਆ ਉਹਨੇ ਉੱਥੇ ਬੈਠੇ ਨੇ ਸਾਰਾ ਕੁਛ ਕਰਵਾਤਾ। ਸੋ ਹੈਰਾਨੀ ਇਸ ਗੱਲ ਦੀ ਹੁੰਦੀ ਵੀ ਤਿਹਾੜ ਜੇਲ੍ਹ ਭਾਰਤ ਦੀਆਂ ਸਭ ਤੋਂ ਵੱਡੀਆਂ ਮਜ਼ਬੂਤ ਸੁਰੱਖਿਅਤ ਤੇ ਸਖ਼ਤ ਜੇਲ੍ਹਾਂ ਦੇ ਵਿੱਚੋਂ ਇੱਕ ਆ, ਤੇ ਜੇਲ੍ਹ ਦੇ ਵਿੱਚ ਬੈਠੇ ਤਾਂ ਇਹ ਸਾਰਾ ਕੁਛ ਚੱਲੀ ਜਾਂਦਾ, ਤੇ ਫਿਰ ਜੇਲ੍ਹਾਂ 'ਚ ਆਪਾਂ ਕਾਹਤੋਂ ਕਹਿੰਦੇ ਹਾਂ। ਫਿਰ ਅਜੀਬ ਗੱਲ ਆ ਇਹ, ਅਜੀਬ ਮੇਰਾ ਖਿਆਲ ਵੀ ਇਹਦੇ ਲਈ ਆਪਾਂ ਇਹਨੂੰ ਉਹ ਸ਼ਬਦ ਵਰਤ ਸਕਦੇ ਹਾਂ ਵੀ ਭਾਈ ਇਹ ਫਿਤਰਤ ਹੈਗੀ ਸਾਡੇ ਭਾਰਤੀ ਜੇਲ੍ਹ ਤੰਤਰ ਦੀ ਵੀ ਜੇਲ੍ਹ ਦੇ ਵਿੱਚ ਸੁਰੱਖਿਅਤ ਹੀ ਇੰਨਾ ਮਾਹੌਲ ਦਿੱਤਾ ਵੀ ਉੱਥੇ ਬੈਠੇ ਤਾਂ ਉਹ ਆਪਣੀ ਦੁਕਾਨਦਾਰੀ ਚਲਾਉਂਦੇ ਆ, ਉੱਥੇ ਬੈਠੇ ਉਹਦਾ ਕਿੱਤਾ ਚਲਾਈ ਜਾਂਦੇ ਆ, ਬਾਹਰ ਆ ਕੇ ਉਹਨਾਂ ਨੂੰ ਖਤਰਾ, ਤੇ ਜੇਲ੍ਹ ਉਹਨਾਂ ਦੇ ਲਈ ਸਭ ਤੋਂ ਸੁਰੱਖਿਅਤ ਥਾਂ, ਤੇ ਜੇਲ੍ਹ ਉਹਨਾਂ ਨੇ ਬਣਾਇਆ ਹੋਊਗਾ ਆਪਣਾ ਦਫ਼ਤਰ, ਉਹ ਦਫ਼ਤਰ ਦੇ ਤੌਰ ਦੇ ਉੱਤੇ ਵਰਤਦੇ ਜੇਲ੍ਹ ਨੂੰ। ਅਗਲੀ ਗੱਲ ਇਹ ਹੈ ਵੀ ਬੇਸ਼ੱਕ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਹੈ ਅਸੀਂ ਇਸਦੇ ਬੰਦੇ ਫੜ ਲਏ, ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਦਿੱਲੀ ਦੀ ਪੁਲਿਸ ਕਹੀ ਜਾਂਦੀ ਹੈ ਜੀ ਅਸੀਂ ਇਸ ਕੇਸ ਦੀ ਗੁੱਚੀ ਸੁਲਝਾ ਦੀ ਆ, ਪਰ ਪੀੜਤ ਪਰਿਵਾਰ ਆ ਜਿਹੜਾ ਉਹ ਇਹ ਗੱਲ ਕਹਿੰਦਾ ਵੀ ਸਾਨੂੰ ਹਾਲੇ ਇਨਸਾਫ਼ ਨਹੀਂ ਮਿਲਿਆ। ਕੱਲ੍ਹ ਸਿੱਧੂ ਮੂਸੇਵਾਲੇ ਦੇ ਚਾਚੇ ਦੇ ਵੱਲੋਂ ਇਹ ਗੱਲ ਕਹੀ ਗਈ ਵੀ ਜੇਕਰ ਸਾਨੂੰ ਅਸਲ ਇਨਸਾਫ਼ ਨਾ ਮਿਲਿਆ ਤਾਂ ਫਿਰ ਅਸੀਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰਾਂਗੇ ਜੀ। ਤੇ ਸਰ ਅੱਗੇ ਵੱਧਦੇ ਹਾਂ ਜੀ, ਗੁਰਮੀਤ ਰਾਮ ਰਹੀਮ ਦੀ ਗੱਲ ਕਰਦੇ ਹਾਂ ਜੀ। ਹੁਣ ਤੱਕ ਜਦੋਂ ਤੋਂ ਪੈਰੋਲ ਤੇ ਬਾਹਰ ਆਏ ਨੇ ਹੁਣ ਤੱਕ 8-9 ਵੀਡੀਓਜ਼ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਪਾ ਰਹੇ ਨੇ, ਹੁਣ ਵੀ ਕਹਿੰਦੇ ਇੱਕ ਨਵੀਂ ਵੀਡੀਓ ਆਈ ਹੈ ਜੀ। ਹਾਂ ਬਿਲਕੁਲ ਜੀ ਬਿਲਕੁਲ, ਇੱਕ ਨਵੀਂ ਵੀਡੀਓ ਗੁਰਮੀਤ ਰਾਮ ਰਹੀਮ ਦੀ ਹੋਰ ਆਈ ਹੈ। ਉਹ 1 ਮਹੀਨੇ ਦੇ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਏ ਪੈਰੋਲ ਦੇ ਉੱਤੇ, ਤੇ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਉਹ ਇਸ ਵੇਲੇ ਰੁਕੇ ਹੋਏ ਆ। ਉੱਥੇ ਉਹ ਆਪਦੀ ਵੀਡੀਓ ਜਿਹੜੀਆਂ ਹਲਕੀਆਂ ਫੁਲਕੀਆਂ ਪਾ ਰਹੇ ਆ, ਤੇ ਉਹ ਵੀਡੀਓ ਪਾ ਕੇ ਤੇ ਆਪਦੇ ਪੈਰੋਕਾਰਾਂ ਨੂੰ ਆਪਦੇ ਭਗਤਾਂ ਨੂੰ ਨਾਲ ਇਨ ਟੱਚ ਰੱਖਣ ਦੀ, ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਕਰਦੇ ਆ। ਪਰ ਉਹ ਹਲਕੀਆਂ ਫੁਲਕੀਆਂ ਗੱਲਾਂ ਇਸ ਕੀ ਪਾ ਰਹੇ ਆ, ਉਹ ਕੋਈ ਇਹ ਨਹੀਂ ਵੀ ਪ੍ਰਵਚਨ ਕੀਤੇ ਜਾਂ ਉੱਥੇ ਬੈਠੇ ਆਪਦੀ ਸਤਸੰਗ ਸੋਸ਼ਲ ਆਨਲਾਈਨ ਮੀਡੀਆ ਦੇ ਉੱਤੇ ਪੇਸ਼ ਕਰਨ ਲਈ, ਇੱਦਾਂ ਨਹੀਂ। ਕੱਲ੍ਹ ਉਹਨਾਂ ਨੇ ਆਪਦੀਆਂ ਬੈਡਮਿੰਟਨ ਖੇਡਦਿਆਂ ਦੀਆਂ ਫੋਟੋ ਵੀ ਪਾਈਆਂ, ਮੈਨੂੰ ਪਤਾ ਲੱਗਾ। ਤੇ ਉਹਨਾਂ ਨੇ ਜਿਹੜੀ ਵੀਡੀਓ ਪਾਈ ਆ ਹੁਣ, ਉਹਦੇ ਵਿੱਚ ਉਹਨਾਂ ਨੇ ਭਾਰ ਘਟਾਉਣ ਦੇ ਨੁਕਤੇ ਦੱਸੇ ਆ। ਉਹਦੇ ਵਿੱਚ ਇਹ ਦੱਸਿਆ ਜੀ ਕਿ ਮੇਰੇ 1990 ਦੇ ਵਿੱਚ ਮੈਂ ਗੱਡੀ ਸੰਭਾਲੀ ਸੀ, ਤੇ ਅੱਜ ਵੀ ਮੇਰਾ ਓਨਾ ਕੁ ਭਾਰ ਆ ਜਿੰਨਾ ਕੁ ਮੇਰਾ 1990 ਦੇ ਵਿੱਚ ਹੁੰਦਾ ਸੀ ਜਦੋਂ ਗੱਡੀ ਸੰਭਾਲੀ ਸੀ। ਤੇ ਮੇਰਾ ਭਾਰ ਵੱਧ ਗਿਆ ਸੀ ਉਹ ਕਹਿੰਦੇ, ਪਰ ਮੈਂ ਸਲਾਦ ਖਾ ਕੇ ਤੇ ਮੈਂ ਫਰੂਟ ਖਾ ਕੇ ਤੇ ਮੈਂ ਰੋਟੀ ਘੱਟ ਖਾ ਕੇ ਘਟਾ ਕੇ ਤੇ ਮੈਂ ਮਿੱਠਾ ਛੱਡ ਕੇ ਤੇ ਇਸ ਤਰੀਕੇ ਨਾਲ ਉਹਦਾ ਭਾਰ ਘਟਾਇਆ। ਉਹ ਕਹਿੰਦੇ ਜੀ ਕਿ ਮੈਂ ਜੇਲ੍ਹ ਦੇ ਵਿੱਚ ਵੀ 5-6 ਕਿਲੋਮੀਟਰ ਦੌੜਦਾ ਹਰ ਰੋਜ਼, ਤੇ ਮੈਂ ਹਰ ਰੋਜ਼ ਜਿਹੜਾ ਉਹ ਪੂਰਾ ਐਕਟਿਵ ਹੋ ਕੇ ਰਹਿੰਦਾ, ਤੇ ਮੈਂ ਆਪਦੇ ਆਪ ਨੂੰ ਵੱਧ ਫਿੱਟ ਮਹਿਸੂਸ ਕਰਦਾ,
ਤੇ ਮੈਂ ਜੇਲ੍ਹ ਦੇ ਵਿੱਚ 600 ਭਜਨ ਵੀ ਲਿਖਿਆ ਨਵਾਂ। ਸੋ ਇਸ ਤਰੀਕੇ ਦੀਆਂ ਉਹਨਾਂ ਨੇ ਗੱਲਾਂ ਦੱਸੀਆਂ ਤੇ ਇਹ ਗੱਲ ਕਹੀ ਆਪਦੇ ਪੈਰੋਕਾਰਾਂ ਨੂੰ ਕਿ ਭਾਈ ਆਪਦੀ ਸਿਹਤ ਦਾ ਖਿਆਲ ਰੱਖੋ, ਭਾਰ ਘਟਾ ਕੇ ਰੱਖੋ। ਭਾਰ ਵਧਾਉਣ ਦੇ ਵਿੱਚ ਕੋਈ ਫਾਇਦਾ ਨਹੀਂ ਗਾ, ਇਹ ਜ਼ਰੂਰਤ ਆ ਸਮੇਂ ਦੀ, ਫਿਟਨੈਸ ਦਾ ਖਿਆਲ ਰੱਖਿਆ ਜਾਵੇ। ਇੱਦਾਂ ਦੀਆਂ ਗੱਲਾਂ ਉਹਨਾਂ ਨੇ ਵੱਲੋਂ ਕੀਤੀਆਂ ਜਾਂਦੀਆਂ। ਸੋ ਬਾਕੀ ਦੇਖੋ ਜੀ, ਉਹਨਾਂ ਦਾ ਮੇਰਾ ਖਿਆਲ ਵੀ ਮਹੀਨੇ ਦੀ ਪੈਰੋਲ ਆ, ਉਹਦੇ ਵਿੱਚੋਂ ਕਾਫੀ ਸਮਾਂ ਵਿੱਚੋਂ ਨਿਕਲ ਚੁੱਕਿਆ, ਥੋੜਾ ਕੁ ਸਮਾਂ ਹੁਣ ਬਾਕੀ ਹੋਊਗਾ। ਪਰ ਉਹਨਾਂ ਦੇ ਵੱਲੋਂ ਕੋਈ ਜਾਂ ਕਹਿ ਦੇਈਏ ਵੀ ਸਤਸੰਗ ਲਾਉਣ ਬਾਰੇ, ਜਾਂ ਕਹਿ ਦੇਈਏ ਵੀ ਉਹਨਾਂ ਦੇ ਵੱਲੋਂ ਕੋਈ ਆਪਦੇ ਪੈਰੋਕਾਰਾਂ ਨੂੰ ਮਿਲਣ ਦੇ ਬਾਰੇ ਇਹੋ ਜਿਹਾ ਪ੍ਰੋਗਰਾਮ ਨਹੀਂ ਉਲੀਚਿਆ ਗਿਆ, ਤਾਂ ਉਹ ਆਪਦੀ ਗੱਲ ਕਰ ਰਹੇ ਆ ਕਿ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹ ਕਹਿੰਦੇ ਵੀ ਪਿਤਾ ਜੀ ਕਮਾਲ ਹੀ ਕਰੀ ਜਾਂਦੇ ਆ ਜੀ। ਸਰ ਹੁਣ ਗੱਲ ਕਰਦੇ ਹਾਂ ਜੀ ਕਿਸਾਨੀ ਦੀ। 83% ਦੇ ਨੇੜੇ ਤੇੜੇ ਮੂੰਗੀ ਸਮਰਥਨ ਮੁੱਲ ਤੋਂ ਘੱਟ ਭਾਅ ਤੇ ਖਰੀਦੀ ਗਈ ਹੈ ਜੀ। ਹਾਂ ਬਿਲਕੁਲ ਜੀ, ਭਗਵੰਤ ਮਾਨ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੂੰਗੀ ਦੇ ਉੱਤੇ MSP ਹੈ ਜਿਹੜੀ ਉਹ ਅਸੀਂ ਦੇਵਾਂਗੇ, ਤੇ ਭਗਵੰਤ ਮਾਨ ਸਰਕਾਰ ਕਹਿੰਦੀ ਮੂੰਗੀ ਦੇ ਉੱਤੇ ਅਸੀਂ MSP ਦਿੱਤੀ 7200 ਤੇ 75 ਰੁਪਈਏ ਪ੍ਰਤੀ ਕੁਇੰਟਲ ਮੂੰਗੀ ਦਾ ਭਾਅ ਮਿੱਥਿਆ ਗਿਆ ਸੀ ਸੂਬੇ ਦੀ ਸਰਕਾਰ ਦੇ ਵੱਲੋਂ। ਤੇ ਕਿਸਾਨਾਂ ਨੇ MSP ਜਿਹਨੂੰ ਦੇਣ ਦੀ ਗੱਲ ਆਈ ਤਾਂ ਉਹਨਾਂ ਨੇ ਬਹੁਤ ਵੱਡੀ ਜਿਹੜੀ ਆ ਉਹ ਹਮਲਾ ਮਾਰਿਆ, ਤੇ ਐਤਕੀ ਥਾਂ ਥਾਂ ਦੇ ਉੱਤੇ ਮੂੰਗੀ ਬੀਜੀ ਆ, ਕਿਉਂਕਿ ਮੂੰਗੀ ਆ ਜਿਹੜੀ ਇੱਕ ਤਾਂ ਚਲੋ ਬਦਲਵੀ ਫਸਲ ਹੋ ਗਈ, ਤੇ ਦੂਜਾ ਕਾਰਨ ਇਹ ਵੀ ਜੇਕਰ ਮੂੰਗੀ ਦੇ ਉੱਤੇ MSP ਮਿਲਦੀ ਹੋਵੇ ਤਾਂ ਫਿਰ ਕਿਸਾਨਾਂ ਨੂੰ ਹੋਰ ਕੋਈ ਫਸਲਾਂ ਦੇ ਵੱਲ ਧਿਆਨ ਦੇਣ ਦੀ ਕੀ ਲੋੜ ਆ। ਐਤਕੀ ਲੱਖਾਂ ਹੈਕਟੇਅਰ ਜ਼ਮੀਨ ਆ ਜਿਹੜੀ ਉਹ ਕਿਸਾਨਾਂ ਦੇ ਵੱਲੋਂ ਮੂੰਗੀ ਦੇ ਰਕਬੇ ਥੱਲੇ ਲਿਆਂਦੀ ਗਈ ਆ। ਪਰ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਆ ਉਹ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਵੀ ਰਿਪੋਰਟ ਆਈ ਆ, ਕੱਲ੍ਹ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਮੰਡੀ 'ਚ ਜਾ ਕੇ ਬੁਲਾ ਚੁੱਕਿਆ। ਜਾਣਕਾਰੀ ਇਹ ਆਈ ਜੀ ਕਿ ਕਿਸਾਨਾਂ ਨੇ ਐਤਕੀ ਆਪਣੀ 83% ਮੂੰਗੀ ਉਹ ਸਮਰਥਨ ਮੁੱਲ ਤੋਂ ਘੱਟ ਭਾਅ ਦੇ ਉੱਤੇ ਵੇਚੀ ਆ। ਉਹਦਾ ਕਾਰਨ ਕੀ ਆ ਵੀ ਜਦੋਂ ਆੜ੍ਹਤੀਆਂ ਦੇ ਪੱਲੇ ਪਾਤਾ ਕਿਸਾਨ, ਤੇ ਆੜ੍ਹਤੀਏ ਜਿਹੜੇ ਜਾਂ ਜਿਹੜੀਆਂ ਬਾਕੀ ਏਜੰਸੀਆਂ ਉਹ ਕੋਈ ਬਾਤ ਨਹੀਂ ਪੁੱਛਦੀਆਂ, ਉਹ ਕਹਿੰਦੇ ਜੀ ਵਿੱਚ ਨਿਯਮ ਸ਼ਰਤਾਂ ਦੀ ਗੱਲ ਬੜੀਆਂ ਕਰਦੀਆਂ, ਆ ਜੀ ਮੂੰਗੀ ਦਾ ਦਾਣੇ ਦੇ ਵਿੱਚ ਨਮੀ ਬਹੁਤ ਆ, ਆ ਜੀ ਮੂੰਗੀ ਦਾ ਦਾਣਾ ਟੁੱਟਿਆ ਹੋਇਆ, ਇਹਦੇ ਪਿੱਛੇ ਜੀ ਆਹ ਕਾਰਨ ਆ, ਇਹਦੇ ਪਿੱਛੇ ਜੀ ਉਹ ਕਾਰਨ ਆ। ਸੋ ਜਿਹੜੀ 7200 ਤੇ 75 ਰੁਪਈਏ ਕੁਇੰਟਲ ਮੂੰਗੀ ਖਰੀਦਣੀ ਸੀ MSP ਦੇ ਉੱਤੇ, ਕਿਸਾਨ ਉਹਨੂੰ 4000 ਕੁਇੰਟਲ, ਕਿਸਾਨ ਉਹਨੂੰ 2500 ਰੁਪਈਏ ਕੁਇੰਟਲ, ਕਿਸਾਨ ਉਹਨੂੰ 3200 ਰੁਪਈਆ ਕੁਇੰਟਲ ਇਹਦੇ ਵਿੱਚ ਵੇਚਣ ਦੇ ਲਈ ਮਜਬੂਰ ਹੋਏ ਆ। ਸੋ ਕੱਲ੍ਹ ਨੂੰ ਇਹ ਮੁੱਦਾ ਵੱਡਾ ਬਣੇ, ਉਹਦੇ ਤੋਂ ਪਹਿਲਾਂ ਪਹਿਲਾਂ ਭਗਵੰਤ ਮਾਨ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਬਣਦਾ ਸਰਦਾ ਉੱਤਰ ਲੈਣਾ ਚਾਹੀਦਾ, ਕਿਉਂਕਿ ਕਿਸਾਨ ਇਸੇ ਕਰਕੇ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਵੀ ਯਾਰ ਉਹ ਫਸਲ ਬੀਜੋ ਜਿਹਦਾ ਮੁੱਲ ਸਹੀ ਮਿਲ ਜੇ, ਉਹ ਫਸਲ ਬੀਜੋ ਜਿਹਦੀ ਸਾਨੂੰ ਗਰੰਟੀ ਹੋਵੇ ਵੀ ਭਾਈ ਆ ਤਾਂ ਭਾਅ ਮਿਲ ਹੀ ਜਾਣਾ। ਹੁਣ ਜੇ ਮੰਨ ਲਓ ਕਿ ਐਤਕੀ ਮੂੰਗੀ ਦਾ ਪੂਰਾ ਸਮਰਥਨ ਮੁੱਲ ਮਿਲਦਾ 7200-75, ਅਗਲੇ ਸਾਲ ਮੰਨ ਲਓ 7200-75 ਤੋਂ ਇਹ 7500 ਕਰ ਦਿੰਦੇ ਕੁਇੰਟਲ ਜਾਂ 8000 ਕੁਇੰਟਲ ਕਰ ਦਿੰਦੇ, ਤੇ ਕਿਸਾਨਾਂ ਨੇ ਦੁੱਗਣੀ ਮਾਤਰਾ ਦੇ ਵਿੱਚ ਜਿਹੜੇ ਦੁੱਗਣੇ ਖੇਤਾਂ ਦੇ ਵਿੱਚ ਇਹ ਬੀਜਣੀ ਸੀਗੀ। ਪਰ ਜੇ ਪਹਿਲੀ ਵਾਰ 'ਚ ਮਨ ਖੱਟਾ ਹੋ ਜਾਊਗਾ ਤੇ ਅਗਲੀ ਵਾਰ ਮੂੰਗੀ ਕੌਣ ਬੀਜੂਗਾ? ਸੋ ਇਸ ਕਰਕੇ ਕਿਸਾਨ ਬਦਲਵੀਆਂ ਫਸਲਾਂ ਦੇ ਵੱਲ ਜਾਵੇ, ਕਿਸਾਨ ਰਵਾਇਤੀ ਫਸਲਾਂ ਦੇ ਚੱਕਰ ਦੇ ਵਿੱਚੋਂ ਨਿਕਲੇ, ਇਹਦੇ ਲਈ ਸਰਕਾਰਾਂ ਨੂੰ ਕਹੇ ਮੁਤਾਬਕ ਕੰਮ ਕਰਕੇ ਦਿਖਾਉਣਾ ਚਾਹੀਦਾ ਜੀ। ਜੀ ਬਿਲਕੁਲ, ਇਹ ਜ਼ਰੂਰੀ ਵੀ ਹੈ ਕਿਉਂਕਿ ਪਹਿਲਾਂ ਗੱਲਾਂ ਹੋਰ ਕੀਤੀਆਂ ਗਈਆਂ ਸੀ, ਪਰ ਜੇਕਰ ਉਵੇਂ ਨਹੀਂ ਹੁੰਦਾ ਤੇ ਫਿਰ ਵਾਕਈ ਕਿਸਾਨਾਂ ਦਾ ਮਨ ਜਿਹੜਾ ਉਹ ਖੱਟਾ ਹੋਏਗਾ। ਖੈਰ ਅੱਗੇ ਵੱਧਦੇ ਹਾਂ ਜੀ, ਦਿੱਲੀ ਦੀ ਗੱਲ ਕਰਦੇ ਹਾਂ। ਦਿੱਲੀ ਦੇ ਵਿਧਾਇਕਾਂ ਦੀ ਜਿਹੜੀ ਤਨਖਾਹ ਹੈ, ਕਹਿੰਦੇ ਉਹਦੇ 'ਚ 66% ਵਾਧਾ ਹੋ ਗਿਆ। ਹਾਂ ਬਿਲਕੁਲ, ਹੋ ਸਕਦਾ ਜੀ, ਇਹਦੇ ਬਾਰੇ ਇਹ ਖਬਰ ਆ ਵੀ ਦਿੱਲੀ ਦੇ ਵਿਧਾਇਕਾਂ ਦੀਆਂ ਤਨਖਾਹਾਂ ਦੇ ਵਿੱਚ 66% ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਆ। ਮੇਰਾ ਖਿਆਲ ਆ ਵੀ 4 ਜਾਂ 5 ਜੁਲਾਈ ਦੇ ਨੇੜੇ ਤੇੜੇ ਦਿੱਲੀ ਦਾ ਵਿਧਾਨ ਸਭਾ ਸੈਸ਼ਨ ਹੋਣਾ, ਤੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦਾ ਮੁੱਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆ, ਵਿਚਾਰ ਅਧੀਨ ਆ, ਤੇ ਉਪ ਰਾਜਪਾਲ ਦੇ ਵੱਲੋਂ ਵੀ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਉੱਤੇ ਬਿੱਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ, ਤੇ ਮੰਨਿਆ ਜਾ ਰਿਹਾ ਵੀ ਐਤਕੀ ਇਹ ਬਿੱਲ ਜਿਹੜਾ ਪਾਸ ਕੀਤਾ ਜਾ ਸਕਦਾ, ਇਹ ਸਾਰਾ ਕੁਛ ਮਨਜ਼ੂਰ ਕੀਤਾ ਜਾ ਸਕਦਾ ਵੀ ਦਿੱਲੀ ਦੇ ਵਿਧਾਇਕਾਂ ਦੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ। ਜੇ ਵਾਧਾ ਹੋ ਜਾਂਦਾ 66% ਤਾਂ ਉਹਦਾ ਅਸਰ ਪੰਜਾਬ ਦੇ ਵਿੱਚ ਬਹੁਤ ਦੇਖਣ ਨੂੰ ਮਿਲੂਗਾ, ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰੀ ਇਹ ਗੱਲ ਕਹਿੰਦੇ ਆ ਵੀ ਭਾਈ ਬਿਲਕੁਲ ਨਹੀਂ, ਨਾ ਤਨਖਾਹਾਂ, ਨਾ ਭੱਤੇ, ਨਾ ਪੈਨਸ਼ਨਾਂ ਕੋਈ ਵਧਾਉਣ ਦੀ ਜ਼ਰੂਰਤ ਨਹੀਂ ਹੈਗੀ। ਤੇ ਦਿੱਲੀ ਦੇ ਵਿੱਚ ਜੇਕਰ ਵਧਾ ਦਿੱਤੇ ਜਾਂਦੇ ਆ ਤਾਂ ਫਿਰ ਵਿਰੋਧੀ ਪਾਰਟੀਆਂ ਨੇ ਇੱਥੇ ਮੁੱਦਾ ਚੁੱਕਣਾ ਵੀ ਭਾਈ ਇਹ ਦੱਸੋ ਇੱਥੇ ਤਾਂ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਲੋੜ ਨਹੀਂ ਗੀ, ਤੇ ਪੈਨਸ਼ਨ ਆ ਜਿਹੜੀ ਉਹ ਇੱਕ ਹੀ ਮਿਲੂਗੀ ਇੱਕ ਵਿਧਾਇਕ ਨੂੰ, ਤੇ ਤਨਖਾਹਾਂ ਜਿਹੜੀਆਂ ਉਹ ਤੁਹਾਨੂੰ ਇਸ ਤੋਂ ਵੱਧ ਕਿਉਂ ਮਿਲਣ, ਤੇ ਜੇਕਰ ਤੁਹਾਨੂੰ ਵੱਧ ਤਨਖਾਹਾਂ ਚਾਹੀਦੀਆਂ ਤੇ ਫਿਰ MLA ਬਣਨ ਦੀ ਥਾਂ ਤੇ ਕੁਝ ਹੋਰ ਬਣਨਾ ਚਾਹੀਦਾ, ਸਾਨੂੰ ਤੁਸੀਂ ਇਹ ਗੱਲ ਕਹਿੰਦੇ ਹੋ। ਪਰ ਇਹ ਦੇਖੋ ਜੀ ਹੁਣ ਦਿੱਲੀ ਦੇ ਵਿੱਚ ਕਿਵੇਂ ਤਨਖਾਹਾਂ ਵੱਧ ਗਈਆਂ। ਸੋ ਮੈਨੂੰ ਲੱਗਦਾ ਵੀ ਜਦੋਂ ਇਹ ਵਧੀਆਂ ਦਿੱਲੀ ਦੇ ਵਿੱਚ ਤੇ ਉਦੋਂ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਬਣੂਗਾ ਜੀ।
जी सर, हुण गल करते हैं जी अपन ट्रैवल एजेंट्स दी। अजकल बहुत ज्यादा इस कारोबार दे विच वाधा होया है जी, जिथे वेख लो उथे ट्रैवल एजेंट्स वेखण नू मिल जांदे ने। पर कहिंदे है कि प्रशासन दे हुक्मां नू ए ट्रैवल एजेंट जिहड़े छिक्के टांग रहे ने उहनां नू टिच जाणदे ने। हाँ बिल्कुल जी, ये गल सच्ची है कि प्रशासन के हुक्मों को टिक जाते हैं। पंजाब के जिन्हें वे शहर आ उन्होंने बस अड्डा के आले दुआले तुम देखो एक बार, वो एवं लगता भी बस अड्डा के आले दुआले जिन्हें कुल फट्टे लगे आ बोर्ड लगे आ 90% हिस्सा ट्रैवल एजेंटा के होंगे। तुम कल जलंधर की गल कर लो, जलंधर के बस अड्डे का आला दुआला जोड़ा वो इन बोर्डों के नाल भरिया। जलंधर के बस अड्डे के उरले पास जिते कि रेडियो स्टेशन आ आकाशवाणी केंद्र उहदे अगले पासे ते उत्थे जिहड़ी मार्केट नवीं बणी आ कल्ला कल्ला दफ्तर उहदे विच सिर्फ ते सिर्फ उही आ वी विदेश जाओ बिना आईलैट्स तो जाओ, पैसे नहीं तां वी जाओ, तुसीं इत्थे क्यों, पैसे पहुँच के दिओ, गैप वाले भी जाओ, जो लिख सकदे ओह लिखिआ। जिवें किसे वेले लुधियाणे दे ध्यान चंद कंपलैक्स आ जिहड़ा बस अड्डे दे कोल, उत्थे कल्ला कल्ला दफ्तर कलाकार दा हुंदा सी ते कलाकारां ने बोर्ड ही टंगे मिलते सी। उवें अजकल वड्डियां वड्डियां इमारतां जिहड़ियां कई कई मंजिला ते जिन्हां विच सैकड़े दफ्तर आ उह कल्ला कल्ला दफ्तर ट्रैवल एजेंटां दा ही आ। पर इन्हां ट्रैवल एजेंटां दे विचों कईआं दे कोले इजाजत भी है नहीं, इह पहलां दिंदे सीगे रायां जिहनूं आपां कंसलटेंस कहिंदे आ, उस तों बाद हौली हौली तस्करी वाला काम करन लग गए, मनुखी तस्करी वाला ही। इहनां दे वल्लों बाहरले कालजां दे नाल उहनां नाल राबता हुंदा इहनां दा, जिहड़े इन्हां नूं वध कमिशन दिंदे आ ते जिन्हां दा उस थान दे उत्ते उस देश दे विच कालेज दा कोई नां थां नहीं हुंदा। ਉਹ ਜਾ ਕਹਿ ਦਈਏ ਵੀ ਭਾਈ ਉਹ ਮਾੜਾ ਮੋਟਾ ਕਾਲਜ ਹੁੰਦਾ, ਬਸ ਇੱਕ ਲੋਕਾਂ ਨੂੰ ਬੁਲਾਉਣ ਦੇ ਲਈ, ਬੱਚਿਆਂ ਨੂੰ ਸੱਦਣ ਦੇ ਲਈ ਇੱਕ ਡਰਾਮਾ ਜਿਹਾ ਬਣਾਇਆ ਹੁੰਦਾ, ਉਹਨਾਂ ਨੂੰ ਮਾਨਤਾ ਵੀ ਨਹੀਂ ਹੁੰਦੀ। ਆ ਪਿੱਛੇ ਜੇ ਕੈਨੇਡਾ ਦੇ ਕੁਝ ਕਾਲਜ ਰੱਦ ਵੀ ਕੀਤੇ ਗਏ ਆ ਇਸ ਚੱਕਰ ਦੇ ਵਿੱਚ। ਸੋ ਤਿੰਨ ਜਿਹੜੇ ਆ ਉਹ ਟਰੈਵਲ ਏਜੰਟਾਂ ਦੇ ਲਾਇਸੈਂਸ ਪਿਛਲੇ ਦਿਨੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰੱਦ ਕੀਤੇ ਗਏ ਆ। ਇਸ ਦੇ ਬਾਵਜੂਦ ਵੀ ਉਹ ਹਰ ਰੋਜ਼ ਆਪਣਾ ਦਫ਼ਤਰ ਖੋਲ੍ਹਦੇ ਆ, ਇਸ ਦੇ ਬਾਵਜੂਦ ਉਹ ਹਰ ਰੋਜ਼ ਲੋਕਾਂ ਨੂੰ ਡੀਲ ਕਰਦੇ ਆ, ਇਸ ਦੇ ਬਾਵਜੂਦ ਹਰ ਰੋਜ਼ ਪਹਿਲਾਂ ਵਾਂਗੂ ਭੀੜ ਭੜੱਕਾ ਹੁੰਦਾ ਉੱਥੇ। ਸੋ ਮਤਲਬ ਇਹ ਆ ਉਹ ਪ੍ਰਸ਼ਾਸਨ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਆ। ਸੋ ਪੁਲਿਸ ਇਹ ਪੁੱਛਦੀ ਆ, ਪ੍ਰਸ਼ਾਸਨ ਨੇ ਪੁੱਛਦਾ ਵੀ ਤੁਸੀਂ ਰਾਏ ਮਸ਼ਵਰਾ ਦਿੰਦੇ ਸੀ ਤੇ ਤੁਸੀਂ ਬੰਦੇ ਭੇਜਣ ਦੀ ਗਰੰਟੀ ਕਿਵੇਂ ਲੈਣ ਲੱਗ ਗਏ, ਤੇ ਪਰ ਉਹਦਾ ਕੋਈ ਉੱਤਰ ਨਹੀਂ ਦਿੰਦੇ ਗੇ। ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਹੇਠਾਂ ਤੋਂ ਲੈ ਕੇ ਉੱਤੇ ਤੱਕ ਹਿੱਸਾ ਪੱਤੀ ਵੀ ਜਾਂਦਾ ਕਈਆਂ ਨੂੰ, ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ। ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਇਹ ਲੋਕ ਕਿਵੇਂ ਮਨੁੱਖੀ ਤਸਕਰੀ ਕਰ ਰਹੇ ਆ, ਲੋਕਾਂ ਨੂੰ ਕਿਵੇਂ ਲੁੱਟ ਰਹੇ। ਜਲੰਧਰ ਦੇ ਵਿੱਚ ਮੇਰਾ ਖਿਆਲ ਕੋਈ ਤੀਜਾ ਦਿਨ ਇਹੋ ਜਿਹਾ ਨਹੀਂ ਹੁੰਦਾ ਜਦੋਂ ਕਿਸੇ ਟਰੈਵਲ ਏਜੰਟ ਦੇ ਦਫ਼ਤਰ ਦੇ ਮੂਹਰੇ ਰੌਲਾ ਰੱਪਾ ਨਹੀਂ ਪੈਂਦਾ, ਜਦੋਂ ਲੋਕ ਆ ਕੇ ਵਿਰੋਧ ਨਹੀਂ ਕਰਦੇ, ਪਰ ਫਿਰ ਵੀ ਸਾਰਾ ਕੁਝ ਉਵੇਂ ਚੱਲੀ ਜਾਂਦਾ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਖੈਰ ਹੁਣ ਆਪਾਂ ਗੱਲ ਕਰਦੇ ਹਾਂ ਮਹਾਰਾਸ਼ਟਰ ਦੀ। ਏਕਨਾਥ ਸ਼ਿੰਦੇ ਕਹਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣ ਗਏ ਨੇ। ਹਾਂ ਬਿਲਕੁਲ ਜੀ, ਏਕਨਾਥ ਸ਼ਿੰਦੇ ਜਿਹੜੇ ਉਹ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣਨ ਦੇ ਵਿੱਚ ਕਾਮਯਾਬ ਹੋ ਗਏ ਆ। ਸਾਰੀਆਂ ਚਾਲਾਂ ਰੰਗ ਲੈ ਕੇ ਆਈਆਂ, ਕਾਮਯਾਬੀ ਮਿਲ ਗਈ ਤੇ ਉਧਵ ਠਾਕਰੇ ਨੂੰ ਨੁਕਰੇ ਲਾਤਾ। ਉਧਵ ਠਾਕਰੇ ਦੀ ਸਰਕਾਰ ਦੇ ਵਿੱਚ ਏਕਨਾਥ ਸ਼ਿੰਦੇ ਮੰਤਰੀ ਰਹੇ ਆ, ਪਰ ਉਹ ਦੇਖੋ ਚਾਲ ਚੂਲ ਚੱਲ ਕੇ ਬੀਜੇਪੀ ਦੇ ਸਹਿਯੋਗ ਦੇ ਨਾਲ ਤੇ ਉਹ ਮੁੱਖ ਮੰਤਰੀ ਬਣ ਗਏ, ਤੇ ਦਵਿੰਦਰ ਫੜਨਵੀਸ ਆ ਜਿਹੜੇ ਉਹ ਡਿਪਟੀ ਸੀਐਮ ਬਣਨ ਦੇ ਵਿੱਚ ਕਾਮਯਾਬ ਹੋਏ ਆ, ਤੇ ਕੱਲ ਇਹਨਾਂ ਨੂੰ ਸਹੁੰ ਚੁਕਾਈ ਗਈ ਹੈ ਰਾਜਪਾਲ ਦੇ ਵੱਲੋਂ। ਦੂਜੀ ਗੱਲ ਇਹ ਕਿ ਉਧਵ ਠਾਕਰੇ ਹੋਰਾਂ ਦੇ ਕੋਲੋਂ ਫਲੋਰ ਟੈਸਟ ਪਾਸ ਨਹੀਂ ਸੀ ਕੀਤਾ ਜਾਣਾ, ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਵਿਧਾਇਕ ਖਿੰਡ ਗਏ ਸਾਰੇ ਮੇਰੇ ਹੱਥ ਦੇ ਵਿੱਚੋਂ ਨਿਕਲ ਗਏ ਆ, ਇਸ ਕਰਕੇ ਉਹਨਾਂ ਨੇ ਵੀ ਬਸ ਪਰੇ ਹੋਣੇ ਠੀਕ ਸਮਝਿਆ ਤੇ ਉਹਨਾਂ ਨੇ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਵੀ ਛੱਡਤੀ ਹੈ, ਉਹਨਾਂ ਨੇ ਸਾਰਾ ਕੁਝ ਛੱਡਤਾ। ਸੋ ਉਹਨਾਂ ਨੇ ਇਸ ਵੇਲੇ ਕੋਸ਼ਿਸ਼ ਉਹਨਾਂ ਦੀ ਇਹ ਹੈ ਵੀ ਅਸੀਂ ਸ਼ਿਵ ਸੈਨਾ ਨੂੰ ਬਚਾਈਏ। ਤੇ ਉਧਰ ਜਿਹੜੇ ਆ ਏਕਨਾਥ ਸ਼ਿੰਦੇ ਹੋਰੀ ਉਹਨਾਂ ਨੇ ਗੱਲ ਕਹੀ ਆ ਕਿ ਬੀਜੇਪੀ ਦਾ ਬਹੁਤ ਵੱਡਾ ਦਿਲ ਆ ਤੇ ਮੈਨੂੰ ਆਸ ਸੀ ਵੀ ਭਾਈ ਮੈਨੂੰ ਡਿਪਟੀ ਸੀਐਮ ਬਣਾਉਣਗੇ, ਪਰ ਸੀਐਮ ਮੈਨੂੰ ਬਣਾਇਆ, ਤੇ ਜਿਨ੍ਹਾਂ ਨੂੰ ਮੈਨੂੰ ਆਸ ਸੀ ਵੀ ਭਾਈ ਇਹ ਮੁੱਖ ਮੰਤਰੀ ਬਣਨਗੇ ਤੇ ਉਹ ਆਪ ਡਿਪਟੀ ਮੁੱਖ ਮੰਤਰੀ ਬਣੇ ਆ। ਅਸਲ ਦੇ ਵਿੱਚ ਬੀਜੇਪੀ ਏਕਨਾਥ ਸ਼ਿੰਦੇ ਦਾ ਮੋਢਾ ਵਰਤ ਕੇ ਤੇ ਸ਼ਿਵ ਸੈਨਾ ਨੂੰ ਵੀ ਫੁੰਡਣ ਦੀ ਤਿਆਰੀ ਕਰ ਰਹੀ ਆ ਵੀ ਭਾਈ ਅਸੀਂ ਹੁਣ ਸ਼ਿਵ ਸੈਨਾ ਦੇ ਉੱਤੇ ਵੀ ਹੱਥ ਅਜ਼ਮਾਈ ਕਰ ਲਈਏ, ਮੌਕਾ ਸਮਝ ਗਏ। ਬਾਕੀ ਵਕਤ ਦੱਸੋ ਕੀ ਬਣਦਾ, ਪਰ ਬੀਜੇਪੀ ਦੇ ਤਜਰਬੇ ਬਹੁਤ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਸਰਕਾਰ ਹੈ ਪਲਟੀ, ਮੱਧ ਪ੍ਰਦੇਸ਼ ਦੇ ਵਿੱਚ ਵੀ ਐਂ ਕੀਤਾ, ਗੋਆ 'ਚ ਵੀ ਐਂ ਕੀਤਾ, ਕਈ ਹੋਰ ਸੂਬਿਆਂ 'ਚ ਇੱਦਾਂ ਦਾ ਕੁਝ ਕੀਤਾ, ਤੇ ਹੁਣ ਮਹਾਰਾਸ਼ਟਰ ਦੀ ਵਾਰੀ ਸੀ ਉੱਥੇ ਵੀ ਇਹ ਕਰਤਾ। ਬੀਜੇਪੀ ਨੂੰ ਬੰਦੇ ਤੋੜਨੇ ਆਉਂਦੇ ਆ, ਅਸਲ 'ਚ ਬੀਜੇਪੀ ਦੀ ਆਪਣੀ ਸਰਕਾਰ ਨਾ ਬਣੇ ਤਾਂ ਦੂਜੇ ਦੀ ਨਹੀਂ ਬਣਨ ਦੇਣੀ, ਇਸ ਗੱਲ ਦਾ ਤਰੀਕਾ ਪਤਾ। ਸੋ ਇਸ ਕਰਕੇ ਉਹ ਮਹਾਰਾਸ਼ਟਰ ਦੇ ਵਿੱਚ ਵੀ ਕਾਮਯਾਬ ਹੋਏ ਆ ਜੀ। ਜੀ ਸਰ, ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਜੀ, ਕਿਹੋ ਜਿਹਾ ਮੌਸਮ ਹੈ ਪੰਜਾਬ ਦਾ? ਪੰਜਾਬ ਦਾ ਮੌਸਮ ਬਹੁਤ ਵਧੀਆ ਜੀ। ਕੱਲ੍ਹ ਸਵੇਰ ਦੇ ਵੇਲੇ ਜਦੋਂ ਆਪਾਂ ਖ਼ਬਰਾਂ ਦੀ ਸਾਂਝ ਪਾਈ ਆ
ਤੇ ਚੰਡੀਗੜ੍ਹ ਦੇ ਵਿੱਚ ਬਹੁਤ ਮੀਂਹ ਪਿਆ ਉਸ ਵੇਲੇ ਤੇ ਮੋਹਾਲੀ ਦੇ ਵਿੱਚ ਬਹੁਤ ਮੀਂਹ ਪਿਆ। ਉਸ ਤੋਂ ਬਾਅਦ ਕੱਲ੍ਹ ਪੂਰਾ ਦਿਨ ਤੇ ਪੂਰੀ ਰਾਤ ਪੰਜਾਬ ਦੇ ਵਿੱਚ ਠੰਡੀ ਹਵਾ ਚੱਲਦੀ ਰਹੀ ਆ, ਬੱਦਲਬਾਈ ਰਹੀ ਆ। ਕੱਲ੍ਹ ਦਿਨ ਦੇ ਵੇਲੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਤੇ ਰਾਤ ਦੇ ਵੇਲੇ ਵੀ ਪੰਜਾਬ ਦੇ ਵਿੱਚ ਮੀਂਹ ਪਿਆ ਕੁਝ ਥਾਵਾਂ ਦੇ ਉੱਤੇ। ਜਲੰਧਰ ਦੇ ਵਿੱਚ ਵੀ ਰਾਤ ਦੇ ਵੇਲੇ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਅੱਜ ਯਾਨੀ ਕਿ 1 ਤਰੀਕ ਨੂੰ ਤੇ 2 ਤਰੀਕ ਨੂੰ ਪੰਜਾਬ ਦੇ ਵਿੱਚ ਭਰਵਾਂ ਮੀਂਹ ਪੈਣ ਦੀ ਆਸ ਪੂਰੀ ਪੂਰੀ ਹੈਗੀ ਹੈ। ਸੋ ਪੰਜਾਬ ਦਾ ਤਾਪਮਾਨ ਕਾਫੀ ਥੱਲੇ ਨੂੰ ਗਿਆ, ਪੰਜਾਬ ਦੇ ਵਿੱਚ ਮੀਂਹ ਦੀ ਜ਼ਰੂਰਤ ਬੜੀ ਸੀ, ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ। ਉੱਧਰ ਜੇ ਗੱਲ ਕਰਦੇ ਪੰਜਾਬ ਦੇ ਵਿੱਚ ਇਸ ਵੇਲੇ ਬਿਜਲੀ ਦੀ ਮੰਗ ਬਹੁਤ ਵੱਧ ਗਈ ਸੀ, ਉਹਦੇ ਕਰਕੇ ਪਾਵਰ ਕਾਮ ਡਿਪਾਰਟਮੈਂਟ ਵੀ ਪਰੇਸ਼ਾਨ ਸੀ। ਹੁਣ ਬਿਜਲੀ ਦੀ ਮੰਗ ਇਹ ਮੀਂਹ ਪੈਣ ਦੇ ਕਰਕੇ, ਮੌਸਮ ਬਦਲਣ ਦੇ ਕਰਕੇ ਕਾਫੀ ਘੱਟ ਵੀ ਗਈ ਹੈ ਜੀ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ ਜੀ।